subscribe our channel for latest updates. ਕਿਸਾਨਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਕਿਤੇ ਨਾ ਕਿਤੇ ਹਰ ਰੋਜ਼ ਅੱਗ ਦੇ ਹਵਾਲੇ ਹੋ ਰਹੀਆਂ ਨੇ ਪਰ ਕਿਸਾਨ ਚਾਹ ਕੇ ਵੀ ਆਪਣੀਆਂ ਫਸਲਾਂ ਨੂੰ ਨਹੀਂ ਬਚਾ ਸਕਦਾ ਪਰ ਪਿੰਡ ਕੋਹਰ ਸਿੰਘ ਵਾਲਾ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿਸਾਨ ਨੇ ਆਪਣੀ ਕਣਕ ਨੂੰ ਆਪ ਹੀ ਅੱਗ ਲਗਾ ਦਿੱਤੀ ਜੀ ਹਾਂ ਇਹ ਸੁਣਨ ਵਿੱਚ ਕਾਫੀ ਅਜੀਬ ਲੱਗੇਗਾ ਪਰ ਇਹ ਸੱਚਾਈ ਹੈ ਪਰਚੇ ਕੱਟੇ ਜਾ ਰਹੇ ਆ ਠੀਕ ਆ ਮੈਨੂੰ ਭੜਕਾਇਆ ਜਾ ਰਿਹਾ ਗਾ ਠੀਕ ਆ ਮੈਂ ਨਹੀਂ ਚਾਹੁੰਦਾ ਯਾਰ ਮੈਂ ਖੁਦ ਖੁਸ਼ੀ ਵੀ ਕਰ ਲੂੰ ਪਰ ਮੈਂ ਲੜਾਈ ਨਹੀਂ ਚਾਹੁੰਦਾ ਮੈਂ ਆਪਦੀ ਕਣਕ ਨੂੰ ਅੱਗ ਲਾ ਕੇ ਆਪਦਾ ਜ਼ਿੰਮੇਵਾਰੀ ਆ ਜਿਹੜੀ ਜੋ ਕੁਛ ਮਰਜ਼ੀ ਕਰ ਲਏ ਪ੍ਰਸ਼ਾਸਨ ਮੇਰੇ ਨਾਲ ਪਰਚੇ ਪਾਲੇ ਮੇਰੇ 'ਤੇ ਕੁਛ ਕਰ ਲਏ ਮੈਂ ਆਪਦੀ ਕਣਕ ਨੂੰ ਆਪ ਅੱਗ ਲਾ ਰਿਹਾਗਾ ਹਾਂਜੀ ਹਾਂਜੀ ਵੀਰੇ ਹਾਂਜੀ ਆਹ ਦੇਖ ਲਓ ਭਰਾ ਮੈਂ ਮਰਿਆ ਵਾ ਦਰਅਸਲ ਪਿੰਡ ਕੋਹਰ ਸਿੰਘ ਵਾਲਾ ਵਿੱਚ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਭਾਈ ਸੁਖਜੀਤ ਸਿੰਘ ਖੋਸੇ ਨੇ ਦੱਸਿਆ ਕਿ ਇਸ ਪਿੰਡ ਵਿੱਚ ਕੁਝ ਮਨਮਤੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸੀ ਪਰ ਜਿਨ੍ਹਾਂ ਨੇ ਪਾਠ ਕਰਵਾਉਣਾ ਸੀ ਉਹ ਗੁਰੂ ਸਾਹਿਬ ਦਾ ਸਰੂਪ ਚੋਰੀ ਲੈ ਕੇ ਗਏ ਸੀ ਆਪਣੀ ਕਣਕ ਨੂੰ ਅੱਗ ਲਾਉਣ ਵਾਲੇ ਨੌਜਵਾਨ ਅਤੇ ਉਸਦੇ ਪਰਿਵਾਰ ਨੇ ਮਿਲ ਕੇ ਉਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਸੀ ਜਿਸ ਕਾਰਨ ਹੁਣ ਉਹ ਰੰਜਿਸ਼ ਵਿੱਚ ਆ ਕੇ ਇਸ ਕਿਸਾਨ ਨੂੰ ਆਪਣੀ ਕਣਕ ਦੀ ਫਸਲ ਕੱਟਣ ਨਹੀਂ ਦੇ ਰਹੇ ਸੀ ਜਿਸ ਕਾਰਨ ਇਸ ਕਿਸਾਨ ਨੇ ਆਪਣੀ ਫਸਲ ਨੂੰ ਅੱਗ ਲਗਾ ਦਿੱਤੀ ਕਿਉਂਕਿ ਇਹ ਕਿਸਾਨ ਨਹੀਂ ਚਾਹੁੰਦਾ ਸੀ ਕਿ ਉਸਦੀ ਫਸਲ ਕਾਰਨ ਪਿੰਡ ਵਿੱਚ ਮਾਹੌਲ ਖਰਾਬ ਹੋਵੇ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਪਹੁੰਚੇ ਭਾਈ ਸੁਖਜੀਤ ਸਿੰਘ ਖੋਸੇ ਨੇ ਇਸ ਕਿਸਾਨ ਨੂੰ 1.5 ਲੱਖ ਦਾ ਚੈੱਕ ਦਿੱਤਾ ਅਤੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਖੂਬ ਝਾੜ ਪਾਈ ਇੱਥੇ ਜੀ ਪਿਛਲੇ ਦਿਨੀ ਮਨਮਤੀ ਲੋਕਾਂ ਨੇ ਮੱਠ ਤੇ ਪ੍ਰਕਾਸ਼ ਕਰਾਇਆ ਸੀ ਇਸ ਬੱਚੇ ਦੇ ਪਰਿਵਾਰ ਨੇ ਮਿਲ ਕੇ ਇਹ ਦੋ ਚਾਰ ਸਿੰਘਾਂ ਨੇ ਮਿਲ ਕੇ ਇਹਦੇ ਪਿਤਾ ਜੀ ਜਾਂ ਇਹਦੇ ਚਾਚੇ ਤਾਏ ਸਾਰਿਆਂ ਨੇ ਮਿਲ ਕੇ ਗੁਰਮਤਿ ਤੇ ਪਹਿਰਾ ਦਿੱਤਾ ਸੀਗਾ ਤੇ ਉਹਨਾਂ ਨੇ ਪਾਠ ਨਹੀਂ ਸੀ ਹੋਣ ਦਿੱਤੇ ਜਿਨ੍ਹਾਂ ਨੇ ਪਾਠ ਕਰਾਏ ਸੀਗੇ ਉਹ ਮਹਾਰਾਜ ਦਾ ਸਰੂਪ ਚੋਰੀ ਲੈ ਗਏ ਸੀ ਉਹਨਾਂ ਦੇ ਪਰਚੇ ਹੋ ਗਏ ਸੀ ਉਹ ਪਰਚੇ ਕੈਂਸਲ ਕਰਾਉਣ ਦੀ ਵਜ੍ਹਾ 'ਚ ਉਹ ਇਹਨਾਂ ਦੀ ਆਪਣੀ ਨਿੱਜੀ ਜਾਇਦਾਦ ਦੇ ਵਿੱਚੋਂ ਜ਼ਮੀਨ ਨਹੀਂ ਫਸਲ ਨਹੀਂ ਸੀ ਕੱਟਣ ਦਿੰਦੇ ਅਤੇ ਇਸ ਲੜਕੇ ਨੇ ਕੱਲ੍ਹ ਘਰ ਘਰ ਜਾ ਕੇ ਉਹਨਾਂ ਲੋਕਾਂ ਦੀ ਮਿੰਨਤ ਕੀਤੀ ਵੀ ਮੈਂ ਆਪਣੇ ਬਾਪੂ ਨੂੰ ਮਨਾ ਲਵਾਂਗਾ ਸਾਰਾ ਕੁਝ ਕਰ ਲਵਾਂਗਾ ਅਤੇ ਤੁਸੀਂ ਫਸਲ ਵੱਢ ਲੈਂਦੇ ਹੋ ਉਹ ਕਹਿੰਦੇ ਸੀਗੇ ਥਾਪੀ ਮਾਰ ਕੇ ਕਿ ਸਾਡਾ ਮੰਤਰੀ ਬਣ ਗਿਆ ਆ ਕਾਂਗੜ ਹੁਣ ਅਸੀਂ ਤੁਹਾਨੂੰ ਲੱਥ ਲੈ ਕੇ ਲੰਘਾਵਾਂਗੇ ਅਤੇ ਕੁਝ ਹੋਰ ਵੀ ਅਸੱਭਿਅਕ ਭਾਸ਼ਾ ਉਹ ਨਾ ਸਹਾਰਦੇ ਹੋਏ ਬੱਚੇ ਨੇ ਜਾ ਕੇ ਆਪਣੀ ਕਣਕ ਨੂੰ ਅੱਗ ਲਾ ਦਿੱਤੀ ਕਿ ਇਸ ਕਣਕ ਨੂੰ ਵੱਢਣ ਲਈ ਜੇ ਮੇਰੇ ਪਿਤਾ ਦੇ ਦੋਸਤ ਇੱਥੇ ਇਕੱਠੇ ਹੁੰਦੇ ਆ ਤਾਂ ਸਿੰਘ ਸਾਰੇ ਇਕੱਠੇ ਹੁੰਦੇ ਆ ਅਤੇ ਪਿੰਡ ਵਾਲੇ ਇਕੱਠੇ ਹੁੰਦੇ ਟਕਰਾਅ ਹੋਊਗਾ ਕੋਈ ਨੁਕਸਾਨ ਹੋਊਗਾ ਮੇਰੀ ਕਣਕ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਕਿ ਇਹਨੇ ਅੱਗ ਲਾ ਦਿੱਤੀ ਸੀ ਮੈਂ ਬੱਚੇ ਨੂੰ ਜਦੋਂ ਪੁੱਛਿਆ ਇਹਦੀ ਸੱਚੀ ਭਾਵਨਾ ਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਆਏ ਹਾਂ ਸਤਿਕਾਰ ਕਮੇਟੀ ਦੇ ਸਾਰੇ ਸਿੰਘਾਂ ਨੇ ਗੁਰਮਤ ਸੇਵਾ ਲਹਿਰ ਦੇ ਸਾਰੇ ਸਿੰਘਾਂ ਨੇ ਮਿਲ ਕੇ 1,50,000 ਰੁਪਏ ਦਾ ਚੈੱਕ ਇਹਨਾਂ ਨੂੰ ਦੇ ਦਿੱਤਾ ਤਾਂ ਕਰਕੇ ਇਹਨਾਂ ਦੀ ਜਿਹੜੀ ਭਾਵਨਾ ਸੀਗੀ ਕਿ ਕੋਈ ਨੁਕਸਾਨ ਨਾ ਹੋਵੇ ਅਸੀਂ ਵੀ ਇਹਨਾਂ ਦੀ ਭਾਵਨਾ ਦੇ ਉੱਤੇ ਫੁੱਲ ਚੜਾਏ ਆ ਔਰ ਦੂਜੇ ਬੰਨੇ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਫੇਲ ਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਕਿਉਂਕਿ ਇਹਨਾਂ ਨੇ ਡੀਸੀ ਸਾਹਿਬ ਕੋਲ ਵੀ ਗਿਆ ਸੀ ਕਿ ਸਾਡੀ ਕਣਕ ਵਧਾ ਦਿਓ SSP ਸਾਹਿਬ ਕੋਲ ਵੀ ਗਿਆ ਸੀ ਵੀ ਸਾਡੀ ਕਣਕ ਵਧਾ ਦਿਓ SDM ਸਾਹਿਬ ਕੋਲ ਵੀ ਗਿਆ ਸੀ ਕਿ ਸਾਡੀ ਕਣਕ ਵਧਾ ਦਿਓ ਉਲਟਾ ਜਿਹੜਾ SHO ਹੈਗਾ ਭਗਤਾ ਉਹ ਕਹਿੰਦਾ ਸੀਗਾ ਕਿ ਤੁਸੀਂ ਹੋਏ ਪਰਚੇ ਦਾ ਰਾਜ਼ੀਨਾਮਾ ਕਰ ਲਓ ਕਣਕ ਵਧਾ ਦਿੰਦੇ ਹਾਂ ਅਤੇ ਜਾਂ ਤੁਸੀਂ ਹੱਥੀਂ ਵੱਢ ਲਓ ਅੱਜ ਅਸੀਂ ਉਸ SHO ਦੇ ਅਤੇ ਸਾਰੇ ਪ੍ਰਸ਼ਾਸਨ ਦੇ ਮੂੰਹ ਦੇ ਚਪੇੜ ਮਾਰੀ ਆ ਕਿ ਅਸੀਂ ਹੱਥੀਂ ਵੀ ਨਹੀਂ ਵੱਢਦੇ ਅਤੇ ਕਿਸੇ ਤਰ੍ਹਾਂ ਵੀ ਨਹੀਂ ਵੱਢਦੇ ਅਸੀਂ ਇਹਨਾਂ ਨੂੰ ਮਾਇਆ ਦਿੱਤੀ ਹੈ ਅਤੇ ਜੇ ਕਾਂਗੜ ਦੀ ਪ੍ਰਸ਼ਾਸਨ ਦੀ ਪੁਲਿਸ ਦੀ ਪਿੰਡ ਵਾਲੇ ਗੁੰਡੇ ਲੋਕਾਂ ਦੀ ਭੁੱਖ ਪੂਰੀ ਹੁੰਦੀ ਹੈ ਉਹ ਕਣਕ ਵੱਢ ਕੇ ਤੇ ਵੱਢ ਸਕਦੇ ਨੇ ਬਿਊਰੋ ਰਿਪੋਰਟ ਚੈਨਲ ਪੰਜਾਬ